ਸਤਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੋ ਦੇਸ਼ ਭਰ ਦੇ ਵਿੱਚ ਕਰਫਿਊ ਐਲਾਨੇ ਜਾਣ ਤੋਂ ਬਾਅਦ ਕਾਫੀ ਤਰ ਲੋਕ ਜਿਹੜੇ ਸੀਗੇ ਉਹ ਕਈ ਸਮੱਸਿਆਵਾਂ ਨਾਲ ਜੂਝਦੇ ਦਿਖੇ ਔਰ ਅੱਜ ਵੀ ਜੂਝ ਰਹੇ ਨੇ, ਨਹੀਂ ਕਿ ਖਤਮ ਹੋ ਗਈਆਂ। ਲੇਕਿਨ ਹੁਣ ਦੀ ਜੇਕਰ ਗੱਲ ਕਰੀਏ ਤਾਂ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਜੂਝਣਾ ਜਿਹੜਾ ਹੈਗਾ ਬਹੁਤ ਭਿਆਨਕ ਰੂਪ ਜਿਹੜਾ ਹੈਗਾ ਉਹ ਲੈ ਸਕਦਾ। ਸੋ ਉਸ ਬਾਰੇ ਗੱਲਬਾਤ ਕਰਨ ਚਾਹਾਂਗੇ ਇਸ ਸਮੇਂ ਸਾਡੇ ਨਾਲ ਜਿਹੜੇ ਤਹਿਸੀਲਦਾਰ ਨੇ ਹਲਕਾ ਬਾਬੋਕਾਲਾ ਸਾਹਿਬ ਤੋਂ, ਨਾਇਬ ਤਹਿਸੀਲਦਾਰ ਨੇ ਇੱਥੋਂ ਦੇ ਐਕਟਿਵ ਜਿਹੜੇ ਨੇ ਉਹ ਮੌਜੂਦ ਨੇ ਔਰ ਹੋਰ ਮੋਹਤਵਾਰ ਪਤਵੰਤੇ ਜਿਹੜੇ ਨੇ ਉਹ ਮੌਜੂਦ ਨੇ। ਗੱਲ ਕਰ ਰਹੇ ਹਾਂ ਅਸੀਂ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ। ਜੇਕਰ ਗੱਲ ਕਰੀਏ ਤਾਂ ਲਾਇਨਸ ਕਲੱਬ ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਸਾਡੇ ਨਾਲ ਨੇ, ਉਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਨੇ। ਥੈਲੇਸੀਮੀਆ ਪੀੜਤ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਕਾਫੀ ਤਰ੍ਹਾਂ ਦੇ ਬੱਚੇ ਹੈਗੇ ਜਿਨ੍ਹਾਂ ਨੂੰ 10 ਦਿਨ ਬਾਅਦ, 15 ਦਿਨ ਬਾਅਦ, 20 ਦਿਨ ਬਾਅਦ ਜਿਹੜਾ ਹੈਗਾ ਵਾ ਉਹਨਾਂ ਦਾ ਜਿਹੜਾ ਖੂਨ ਹੈਗਾ ਉਹ ਚੇਂਜ ਕਰਨਾ ਪੈਂਦਾ। ਲੇਕਿਨ ਕਰਫਿਊ ਦੇ ਦੌਰਾਨ ਜਿਹੜਾ ਖੂਨ ਸਟਾਕ ਦੇ ਵਿੱਚ ਪਿਆ ਸੀਗਾ ਉਹਦੇ ਵਿੱਚ ਕਮੀ ਜਿਹੜੀ ਹੈਗੀ ਆ ਹੁਣ ਆ ਰਹੀ ਹੈ ਔਰ ਜਿਹੜੇ ਇਸ ਬਿਮਾਰੀ ਤੋਂ ਪੀੜਤ ਬੱਚੇ ਨੇ ਇਸ ਸਮੇਂ ਉਹਨਾਂ ਦੇ ਲਈ ਜਿਹੜੇ ਦਾਨੀ ਸੱਜਣ ਹੈਗੇ ਆ ਜਿਹੜੇ ਪਹਿਲਾਂ ਵੀ ਖੂਨਦਾਨ ਕਰਦੇ ਸੀਗੇ ਉਹਨਾਂ ਨੂੰ ਸਮੱਸਿਆ ਆ ਰਹੀ ਆ ਇਸ ਪੀਰੀਅਡ ਦੇ ਵਿੱਚ ਖੂਨਦਾਨ ਕਰਨ ਲਈ ਆਉਣ ਦੀ। ਸੋ ਇਸ ਸਮੇਂ ਇਸ ਤੋਂ ਇਲਾਵਾ ਜਿਹੜੇ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਪਿੰਡੋ ਪਿੰਡ ਜਿਹੜਾ ਹੈਗਾ ਵਾ ਕਹਿ ਸਕਦੇ ਹਾਂ ਕਿ ਡਿਊਟੀ ਤੋਂ ਅਲਾਇਦਾ ਸੇਵਾ ਦੀ ਭਾਵਨਾ ਦੇ ਨਾਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ, ਕਲੱਬ ਮੈਂਬਰ ਨੇ, ਸਰਪੰਚ ਨੇ, ਉਹ ਇਲਾਕੇ ਦੇ ਵਿੱਚ ਜਿੱਥੇ ਵੀ ਜ਼ਰੂਰਤ ਜਿਸ ਤਰ੍ਹਾਂ ਦੀ ਹੈਗੀ ਆ ਉਹ ਪੂਰੀ ਕਰਨ ਵਾਸਤੇ ਇਸ ਸਮੇਂ ਨਿਕਲੇ ਹੋਏ ਨੇ ਔਰ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਹੈਗੀਆਂ ਦਿੱਤੀਆਂ ਜਾ ਰਹੀਆਂ ਔਰ ਜਿਹੜੇ ਬੱਚੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਗੱਲ ਕੀਤੀ ਹੈ ਤੁਹਾਡੇ ਨਾਲ, ਸਾਡੇ ਨਾਲ ਇੱਥੋਂ ਦੇ ਲਾਇਨਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਪ੍ਰਧਾਨ ਜਿਹੜੇ ਨੇ ਉਹ ਬਿਲਕੁਲ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਬੱਚਿਆਂ ਦੀ ਮਦਦ ਲਈ ਇਹਨਾਂ ਵੱਲੋਂ ਕਦਮ ਜਿਹੜੇ ਹੈਗੇ ਉਹ ਚੁੱਕੇ ਗਏ ਆ ਔਰ ਕੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸਤਿ ਸ਼੍ਰੀ ਅਕਾਲ ਜੀ, ਮੈਂ ਲਾਇਨ ਇੰਜੀਨੀਅਰ ਐਸ ਪੀ ਸੋਢੀ, ਪ੍ਰੈਜ਼ੀਡੈਂਟ ਲਾਇਨਸ ਕਲੱਬ ਰਜਿਆ। ਮੈਂ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਇਹ ਲਾਇਨਸ ਕਲੱਬ ਸੰਸਥਾ ਆ ਇਹ ਤਕਰੀਬਨ 220 ਕੰਟਰੀ ਵਿੱਚ ਵਰਲਡ ਦੇ ਵਿੱਚ ਚੱਲੀ ਹੋਈ। ਉਹਨਾਂ ਵਿੱਚ ਆਈ ਫੀਲ ਪ੍ਰਾਊਡ ਕਿ ਮੈਂ ਵੀ ਉਸ ਸੰਸਥਾ ਦਾ ਇੱਕ ਮੈਂਬਰ ਹਾਂ ਅਤੇ ਸਾਡੇ ਇੱਥੇ 56 ਮੈਂਬਰ ਜਿਹੜੀ ਲਾਇਨਸ ਕਲੱਬ ਰਜਿਆ ਬਿਆਸ ਨਾਈਟ ਹੈ, ਜਿਹੜੇ ਕਿ ਅਸੀਂ ਜਿਸ ਦਿਨ ਤੋਂ ਹੀ COVID-19 ਮਹਾਂਮਾਰੀ ਦਾ ਜਿਹੜਾ ਦਾਇਰਾ ਫੈਲਿਆ ਉਸ ਦਿਨ ਤੋਂ ਹੀ ਅਸੀਂ ਸਾਰੇ ਹੀ ਲੋਕਡਾਊਨ ਤੋਂ ਹੀ ਸੇਵਾ ਵਿੱਚ ਰੁੱਝੇ ਹੋਏ ਹਾਂ। ਅਸੀਂ ਸਾਡੀ ਕਲੱਬ ਦੇ ਵੱਲੋਂ ਸਭ ਤੋਂ ਪਹਿਲਾਂ ਆਪਣੀ ਸਿਵਲ ਐਡਮਿਨਿਸਟ੍ਰੇਸ਼ਨ ਐਸਡੀਐਮ ਬਾਬਾ ਬਕਾਲਾ ਸਾਹਿਬ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਅਤੇ ਮੈਂ ਤਹਿਸੀਲਦਾਰ ਬਾਬਾ ਬਕਾਲਾ, ਇਹਨਾਂ ਨਾਲ ਅਸੀਂ ਆਪਣੇ ਇਹਨਾਂ ਨੂੰ ਸਰਵਿਸ ਆਫਰ ਕੀਤੀਆਂ ਵੀ ਜਿੱਥੇ ਤੱਕ ਸਾਡੀ ਲੋੜ ਪਵੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਬੈਠ ਕੇ ਸਾਰਾ ਡਿਸਾਈਡ ਹੋਇਆ ਵੀ ਜਿੰਨਾ ਵੀ ਇੱਥੇ ਰਾਸ਼ਨ ਦੀ ਕੋਈ ਲੋੜ ਪਵੇ, ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਪਵੇ, ਕਿਸੇ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਦੀ ਲੋੜ ਪਵੇ, ਲੰਚ ਦਾ ਬਜਾਇਆ ਸਨੈਕ ਹਮੇਸ਼ਾ ਮੋਹਰੀ ਹੋ ਕੇ ਖੜਿਆ ਅਤੇ ਅਸੀਂ ਆਪਣੇ ਪ੍ਰਸ਼ਾਸਨ ਦੇ ਨਾਲ ਖੜੇ ਹਾਂ। ਇਸ ਔਖੀ ਘੜੀ ਦੇ ਵਿੱਚ ਇੱਕ ਹੋਰ ਸਾਨੂੰ ਮੇਨ ਪ੍ਰੋਬਲਮ ਆਈ ਆ, ਜਿੱਥੇ ਅਸੀਂ 1800 ਤੋਂ ਉੱਪਰ ਪਰਿਵਾਰਾਂ ਰਾਸ਼ਨ ਦੇ ਚੁੱਕੇ ਹਾਂ, ਲੋਕਾਂ ਦੇ ਆਉਣ ਜਾਣ ਦਾ ਪ੍ਰਬੰਧ ਲੋਕਾਂ ਦਾ ਅਤੇ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਵੀ ਦਿੱਤੀ ਹੈ, ਜੇ ਕਿਸੇ ਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਉਹ ਵੀ ਦਿੱਤੀ ਹੈ। ਉਸਦੇ ਨਾਲ ਹੀ ਸਾਡੇ ਕੋਲ ਅੱਜ ਮੇਨ ਪ੍ਰੋਬਲਮ ਜਿਹੜੀ ਆ ਰਹੀ ਆ ਅੰਮ੍ਰਿਤਸਰ ਜ਼ਿਲ੍ਹੇ ਦੇ, ਗੁਰਦਾਸਪੁਰ ਜ਼ਿਲ੍ਹੇ ਦੇ 140 ਤੋਂ 150 ਬੱਚੇ ਜਿਹੜੇ ਥੈਲੇਸੀਮੀਆ ਦੇ ਪੀੜਤ ਬੱਚੇ ਨੇ ਉਹ ਲੋਕਡਾਊਨ ਕਰਕੇ ਉਹਨਾਂ ਨੂੰ ਖੂਨ ਦੀ ਪ੍ਰੋਬਲਮ ਜਿਹੜੀ ਆ ਰਹੀ ਹੈ। ਸਾਨੂੰ ਗੁਰੂ ਰਾਮਦਾਸ ਹੋਸਪਿਟਲ ਨੇ ਸਾਡੇ ਨਾਲ ਸੰਪਰਕ ਕੀਤਾ, ਅਸੀਂ ਇਹ ਵੀ ਚਾਹੁੰਦੇ ਹਾਂ ਵੀ ਇਹ ਵੀ ਸੇਵਾ ਜਿਹੜੀ ਆ ਸਾਰੇ ਰਲ ਮਿਲ ਕੇ ਕਰੀਏ, ਕਿਉਂਕਿ ਉਹ ਬੱਚੇ ਜਿਹਨਾਂ ਦਾ ਖੂਨ ਨਹੀਂ ਬਣਦਾ, ਜਿਹਨਾਂ ਨੂੰ 10-15 ਦਿਨਾਂ ਬਾਅਦ ਖੂਨ ਚਾੜਨਾ ਪੈਂਦਾ, ਉਹਨਾਂ ਦੀ ਇੱਕ ਕਿਸਮ ਦੀ ਮੌਤ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਇੱਕ ਜਿਹੜੀ ਆ ਦੇਖਦੇ ਪਏ ਹੋ। ਉਸਦੇ ਕੱਢਣ ਲਈ ਵੀ ਅਸੀਂ ਇੱਕ ਉਪਰਾਲਾ ਕੀਤਾ ਸੀ ਸਾਰੇ ਮੈਂਬਰਾਂ ਥਰੂ, ਆਪਣੇ ਐਸ ਡੀ ਐਮ ਬਾਬਾ ਬਕਾਲਾ ਸਾਹਿਬ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਸਾਰਿਆਂ ਨੂੰ ਅਸੀਂ ਬੇਨਤੀ ਕੀਤੀ। ਇਹਦੇ ਵਿੱਚ ਵੀ ਅਸੀਂ ਜਿਹੜੀ ਆ ਸੇਵਾ ਜਿਹੜੀ ਆ ਅਸੀਂ ਪਾ ਰਹੇ ਹਾਂ, ਸਾਨੂੰ ਐਸ ਡੀ ਐਮ ਬਾਬਾ ਬਕਾਲਾ ਵੱਲੋਂ, ਤਹਿਸੀਲਦਾਰ ਬਾਬਾ ਬਕਾਲਾ ਵੱਲੋਂ ਸਾਨੂੰ ਜੇ ਅਸੀਂ ਕਿਸੇ ਨੂੰ ਲੈ ਕੇ ਕਿਸੇ ਨੂੰ ਜਾਣਾ ਖੂਨਦਾਨੀ ਨੂੰ, ਅਸੀਂ ਆਪਣੀ ਗੱਡੀ ਵਿੱਚ ਲੈ ਕੇ ਜਾਂਦੇ ਹਾਂ, ਖੂਨ ਦੇਣ ਤੋਂ ਬਾਅਦ ਉਹਨੂੰ ਵਾਪਸ ਲੈ ਕੇ ਆਉਂਦੇ ਹਾਂ। ਸਾਨੂੰ ਇਹਨਾਂ ਵੱਲੋਂ ਪਾਸ ਜਾਰੀ ਕੀਤੇ ਜਾਂਦੇ ਆ, ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਉਂਦੀ। ਅਤੇ ਮੈਂ ਇਹ ਆਸ ਕਰਦਾ ਵੀ ਇਸ ਔਖੇ ਸਮੇਂ ਦੇ ਵਿੱਚ ਸਾਡਾ ਬਾਬਾ ਬਕਾਲਾ ਸਾਹਿਬ ਦੀ ਜਿਹੜੀ ਆ ਮੋਹਰੀ ਸਭ ਤੋਂ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ, ਤਾਂ ਕਿ ਅਸੀਂ ਆਪਣੇ ਲੋਕਡਾਊਨ ਦੇ ਦੌਰਾਨ ਜਿਹੜੀਆਂ ਪਬਲਿਕ ਗ੍ਰੀਵੈਂਸਿਸ ਆ ਉਹਨਾਂ ਨੂੰ ਤਾਂ ਦੂਰ ਪੂਰੀਆਂ ਕਰੀਏ, ਨਾਲ ਅਸੀਂ ਆਪਣੇ ਉਹਨਾਂ ਬੱਚਿਆਂ ਦਾ ਵੀ ਖਿਆਲ ਰੱਖੀਏ, ਉਹਨਾਂ ਬੱਚਿਆਂ ਦੇ ਵੀ ਸਿਹਤ ਜਾਪ ਦੀ ਕਾਮਨਾ ਕਰੀਏ ਜਿਹੜੇ ਕਿ ਦਿਨ ਰਾਤ ਮਾਪਿਆਂ ਦੇ ਹੱਥਾਂ ਵਿੱਚ ਪ੍ਰੋਬਲਮ ਵਿੱਚ। ਅਸੀਂ ਇਹਦੇ ਵਿੱਚ ਪੂਰਾ ਸਾਥ ਦਿਆਂਗੇ ਔਰ ਜੇਕਰ ਸਾਨੂੰ ਕੋਈ ਦਾਨੀ ਸੱਜਣ ਖੂਨਦਾਨ ਕਰਨਾ ਚਾਹੁੰਦਾ ਅਸੀਂ ਉਹਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਵਾਂਗੇ ਤਾਂ ਆਪਣੀ ਗੱਡੀ ਵਿੱਚ ਵਾਪਸ ਲੈ ਕੇ ਆਵਾਂਗੇ। ਅਤੇ ਇਸ ਦੇ ਨਾਲ ਹੀ ਮੈਂ ਆਪਣੇ ਇਲਾਕੇ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਜਿੱਥੇ ਆਪਾਂ ਫਾਈਨੈਂਸ਼ੀਅਲੀ ਦਾਨ ਕਰਦੇ ਹਾਂ, ਆਪਾਂ ਰਾਸ਼ਨ ਪਾਣੀ ਦਾਨ ਕਰਦੇ ਹਾਂ, ਜੇ ਆਪਾਂ ਨੂੰ ਖੂਨਦਾਨ ਵੀ ਕਰਨਾ ਪੈਂਦਾ ਇਹਦੇ ਵਿੱਚ ਵੀ ਖੁੱਲ੍ਹ ਕੇ ਸਾਹਮਣੇ ਆਓ ਤਾਂ ਕਿ ਉਹਨਾਂ ਪਰਿਵਾਰਾਂ ਦੇ ਉੱਪਰ ਆਪਾਂ ਟੈਨਸ਼ਨ ਦਾ ਮਾਹੌਲ ਜਿਹੜਾ ਲਾ ਸਕੀਏ ਅਤੇ ਉਹਨਾਂ ਦੇ ਬੱਚਿਆਂ ਨੂੰ ਸਹੀ ਜ਼ਿੰਦਗੀ ਦੇ ਸਕੀਏ। ਸੋ ਗੱਲ ਕਰਨੀ ਚਾਹਾਂਗੇ ਕਿ ਵੈਸੇ ਤਾਂ ਅੰਮ੍ਰਿਤਸਰ ਦੇਹਾਤੀ ਦੇ ਨਾਲ ਸੰਬੰਧਿਤ ਇਹ ਜਿਹੜੀ ਸੰਸਥਾ ਹੈਗੀ ਹੈ ਇਸ ਸਮੇਂ ਜਿਹੜੀ ਇਹ ਇਕਾਈ ਹੈਗੀ ਹੈ ਕਿ ਇਕਾਈ ਹੈ ਉਸ
संस्था की जो अमृतसर देहाती संबंधित है, सो यह भी जरूर कहना चाहवांगे अपने दर्शकों को कि जिहड़े भी लोग ने अमृतसर देहाती संबंधित ने इन्हों का नंबर जिहड़ा है इन्हां को पुछांगे एक बारी और जरूर जिहड़ा अपने दर्शकों के साझा करांगे कि जिहड़े भी लोग खूनदान करना चाहते हैं उन्होंने बच्चों के लिए तो वो इन्हों फोन कर सकते हैं। बकायदा इन्हों वालों कह गया है कि असं उन्होंने लैके जावे पास भी इन्हों वालों जोड़ा है अरेंज किया जाएगा और खूनदान की जी है वा प्रक्रिया हैगी जी पूरी की जाएगी। सर नंबर जरूर अपना एक बार शेयर कर दो ताकि लोड़ पवे तो कोई भी तुहाडा मेरा नंबर है 84 374 44000। साढ़े प्रशांत साडा सैकटरी है वह नंबर है 95014 00300। तो सू दो नंबर से जो मर्जी कंटैक्ट किया जा सकता असं मैंबर घर तो लैके तो वापस उन्होंने घर तक छक सकते हैं। ਉੱਥੋਂ ਦੇ ਤਹਿਸੀਲਦਾਰ ਸਾਹਿਬ ਸਰਦਾਰ ਲਕਸ਼ਮਣ ਸਿੰਘ ਜੀ ਵੀ ਨਾਲ ਨੇ। ਸਰ ਕੀ ਕਹਿਣਾ ਹੈਗਾ ਕੀ ਸਰ ਸਾਡੀ ਹੁਣੇ ਹੁਣੇ ਡਿਸਕਸ਼ਨ ਹੋ ਕੇ ਹਟੀ ਹੈ ਲਾਇਨ ਕਲੱਬ ਦੇ ਮੈਂਬਰਾਂ ਅਹੁਦੇਦਾਰ ਜਿਵੇਂ ਐਸਟੀ ਸੋਧੀ ਜੀ ਪ੍ਰਸ਼ਾਦ ਜੀ ਹੋਰ ਮੇਰੇ ਨਾਲ ਮਹਿਸੂਲਦਾਰ ਸੁਖਦੇਵ ਡੰਗਰ ਜੀ ਕਿ ਗੁਰੂ ਰਾਮਦਾਸ ਹੋਸਪਿਟਲ ਦੇ ਵਿੱਚ ਜਿਹੜੇ ਬੱਚੇ ਛਲਸੀਮੀਆਂ ਤੋਂ ਪੀੜਿਤ ਹੈਗੇ ਆ ਖੂਨ ਜਿਹਨਾਂ ਨੂੰ ਦੇਣਾ ਪੈਂਦਾ ਹੁਣ ਥੋੜ੍ਹੀ ਦੇਰ ਬਾਅਦ ਤਾਂ ਉਹਨਾਂ ਦੀ ਜਿਹੜੀ ਸਮੱਸਿਆ ਵੀ ਹੁਣ ਇਸ ਦੌਰਾਨ ਵੱਧ ਗਈ ਕਿਉਂਕਿ ਬਲੱਡ ਬੈਂਕ ਦੇ ਵਿੱਚ ਜਿਹੜਾ ਬਲੱਡ ਦੀ ਕਮੀ ਹੋ ਗਈ ਆ ਤਾਂ ਉਹਦੇ ਲਈ ਲੋੜ ਹੈਗੀ ਆ ਕਿ ਵੱਧ ਤੋਂ ਵੱਧ ਲੋਕ ਜਿਹੜੇ ਉਹ ਆਪਣਾ ਰਕਤਦਾਨ ਕਰਨ ਜੋ ਕਿ ਬਹੁਤ ਇੱਕ ਨੋਬਲ ਕੰਮ ਹੈਗਾ। ਜ਼ਿੰਦਗੀਆਂ ਬਚਾਉਣ ਦਾ ਸਿਲਸਿਲਾ ਜਿਹੜਾ ਜਿਵੇਂ ਸਰਕਾਰਾਂ ਨੇ ਸ਼ੁਰੂ ਕੀਤਾ ਸਾਰੇ ਸਮਾਜ ਨੇ ਸ਼ੁਰੂ ਕੀਤਾ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ ਹੈ ਡਾਕਟਰਸ ਲੱਗੇ ਹੋਏ ਆ ਸਾਰੇ ਸੋ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਕੁਛ ਨਾ ਕੁਛ ਉਸ ਦੇ ਵਿੱਚ ਯੋਗਦਾਨ ਪਾਈਏ। ਖੂਨਦਾਨ ਜਿਹੜਾ ਕਰਨਾ ਹੈ ਸ਼ੁਰੂ ਤੋਂ ਕਿਹਾ ਜਾਂਦਾ ਕਿ ਬਹੁਤ ਵੱਡਾ ਇੱਕ ਦਾਨ ਹੈ ਤਾਂ ਸਾਰੇ ਇਲਾਕੇ ਨੂੰ ਮੇਰੀ ਬੇਨਤੀ ਹੈ ਵੀ ਜੋ ਜੋ ਵੀ ਸੱਜਣ ਪਹਿਲਾਂ ਵੀ ਖੂਨਦਾਨ ਦੇ ਕਰਦੇ ਰਹੇ ਆ ਜਾਂ ਹੁਣ ਵੀ ਕਰਨਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਪੂਰਾ ਕੋਪਰੇਟ ਕਰਾਂਗੇ ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਧਿਆਨ ਰੱਖਾਂਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਂਦੀ ਅਤੇ ਜਿਹੜੇ ਸੱਜਣ ਇਹਨਾਂ ਕੋਲ ਆਪਣੇ ਨਾਮ ਰਜਿਸਟਰ ਕਰਵਾਉਣਗੇ ਸੋਧੀ ਸਾਹਿਬ ਦੇ ਕੋਲ ਮਹਾਨ ਕਲੱਬ ਦੇ ਕੋਲ ਅਸੀਂ ਉਹਨਾਂ ਨੂੰ ਪ੍ਰੋਪਰ ਜਗ੍ਹਾ 'ਤੇ ਹਸਪਤਾਲ ਪਹੁੰਚਾਉਣ ਦਾ ਕਰਦੇ ਅਤੇ ਉਹਨਾਂ ਦਾ ਸਾਰਾ ਪ੍ਰਬੰਧ। ਸੋ ਇਹ ਸਾਨੂੰ ਇੱਥੋਂ ਦੇ ਤਹਿਸੀਲਦਾਰ ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਪ੍ਰਸ਼ਾਸਨਿਕ ਪੱਧਰ 'ਤੇ ਵੀ ਨਾਲ ਮਿਲੂਗਾ ਲੇਕਿਨ ਇਸ ਦੇ ਨਾਲ ਹੀ ਇੱਥੇ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਿਹੜਾ ਇਹ ਟੀਮ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਉਹ ਆਈ ਹੋਈ ਹੈ ਔਰ ਇਸ ਇਲਾਕੇ ਦੇ ਕਾਫੀ ਨਾਮਵਰ ਸੁਰਜੀਤ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ ਔਰ ਉਹਨਾਂ ਵੱਲੋਂ ਵੀ ਜਿਹੜਾ ਪਿੰਡਾਂ ਦੇ ਵਿੱਚ ਨੌਜਵਾਨ ਹੈਗੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪ੍ਰੇਰਿਤ ਕੀਤਾ ਜਾ ਰਿਹਾ ਵਾ ਇਹਨਾਂ ਬੱਚਿਆਂ ਦੇ ਲਈ ਖੂਨਦਾਨ ਕਰਨ ਦੇ ਲਈ ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਤੁਹਾਡੇ ਵੱਲੋਂ ਜਿਹੜੀ ਹੈਗੀ ਆ ਇੱਥੇ ਪ੍ਰਕਿਰਿਆ ਜਿਹੜੀ ਹੈਗੀ ਚਲਾਈ ਜਾ ਰਹੀ ਆ ਜਾਂ ਲੋਕਾਂ ਨੌਜਵਾਨਾਂ ਜਿਹੜਾ ਉਤਸ਼ਾਹਿਤ ਕੀਤਾ ਜਾ ਰਿਹਾ ਸਾਡੀ ਜਿਹੜੀ ਗਾਈਡਲਾਈਨ ਹੈ ਮੋਦੀ ਸਾਹਿਬ ਤੱਕ ਸਟੇਟਮੈਂਟ ਐਕਚੁਅਲੀ ਜਦੋਂ ਵੀ ਕਦੇ ਸਾਨੂੰ ਇਸ ਤਰ੍ਹਾਂ ਦਾ ਕੁਝ ਮੈਸੇਜ ਹੁੰਦਾ ਤਾਂ ਅਸੀਂ 24 ਆਵਰਸ ਨਾਲ ਹਾਜ਼ਰ ਹਾਂ ਪਰ ਆਪਣੇ ਤੌਰ 'ਤੇ ਪਰਸਨਲੀ ਜਿੰਨਾ ਵੀ ਸਾਡੇ ਕੋਲ ਆਪਣੇ ਪਿੰਡ ਜਾਂ ਆਪਣੇ ਇਲਾਕੇ 'ਚ ਜਿੰਨਾ ਮਿੱਤਰਾਂ 'ਤੇ ਜਿੰਨੀ ਵੀ ਕੋਈ ਹੈਲਪ ਹੋਊਗੀ ਖੂਨਦਾਨ ਦੇ ਤਰੀਕੇ ਉਹ ਅਸੀਂ ਲੱਗਿਆ ਕਰਾਵਾਂਗੇ। ਬਾਕੀ ਰਹੀ ਗੱਲ ਜਿਹੜੀ ਹੈ ਸਾਡੀ ਵੰਡ ਪ੍ਰਣਾਲੀ ਦੀ ਵੰਡ ਪ੍ਰਣਾਲੀ ਜਿਹੜੀ ਹੈ ਸਾਡੀ ਜਿੰਨਾ ਦੀ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਲਗਭਗ ਪਰ ਰਿਪੋਰਟ 350-400 ਦੇ ਕਰੀਬ ਕਿੱਟ ਜਿਹੜੀ ਆ ਨਾ ਉਹ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਲੋਕਾਂ ਨੂੰ ਜਿਹੜੀ ਲਗਭਗ ਸਰਕਾਰੀ ਤੋਂ ਸਾਡੇ ਕੋਲ 100 ਕਿੱਟ ਜਿਹੜੀ ਆ ਪ੍ਰਸ਼ਾਸਨ ਸਰਕਾਰ ਨੇ ਸਾਨੂੰ ਦਿੱਤੀ ਉਹ ਬਾਕੀ ਇਹਨਾਂ ਨੇ ਸਾਡੇ ਮੈਂਬਰ ਪੰਚਾਇਤ ਨੇ ਜੋ 3 ਮੈਂਬਰ ਪੰਚਾਇਤ ਨੇ ਉਹਨੇ ਆਪਣੇ ਤੌਰ 'ਤੇ ਲਗਭਗ 100+ ਮਤਲਬ ਕਿੱਟਾਂ ਜਿਹੜੀਆਂ ਡਿਸਟ੍ਰੀਬਿਊਟ ਕੀਤੀਆਂ ਨੇ ਬਾਕੀ ਮੈਂ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਖੁਦ ਆਪਣੇ ਵੱਲੋਂ ਜਿਹੜੀ 90 ਦੇ ਕਰੀਬ ਜਿਹੜੀਆਂ ਕਿੱਟਾਂ ਨੇ 84-90 ਸਮਥਿੰਗ ਮੇਰੇ ਕੋਲ ਲਿਸਟ ਆ ਉਹਦੇ ਮੁਤਾਬਿਕ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਜਿਹਦੇ ਵਿੱਚ ਕੋਈ 47 ਸਾਡੇ ਕੋਲ ਮਤਲਬ ਜਦੋਂ ਦਿੱਤੀਆਂ ਨੇ ਜਿਹਨਾਂ ਨੂੰ ਅੱਜ ਅਸੀਂ ਦੁਬਾਰਾ ਰਿਪੀਟ ਕੀਤੀ ਹੈ 27 ਤਰੀਕ ਤੋਂ ਅਸੀਂ ਉਹਨਾਂ ਨੂੰ ਮਾਰਦੇ ਪਏ 27 ਮਾਰਚ ਤੋਂ ਅੱਜ ਦੁਬਾਰਾ ਰਿਪੀਟ ਕਰਦੇ ਉਹਨਾਂ ਨੂੰ ਦੁਬਾਰਾ ਰਿਪੀਟ ਕਰਨ ਦਾ ਜਿਹੜਾ ਟਾਈਮ ਹੈ ਉਹ ਚੱਲ ਪਿਆ ਔਰ ਬਾਕੀ ਜਿੱਥੇ ਵੀ ਲੋੜ ਆ ਅਸੀਂ ਮਤਲਬ ਹੁਣ ਵੀ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਤੁਹਾਡਾ ਡੇਲੀ ਪੋਸਟ ਆ ਜਾਂ ਮੈਸੇਜ ਆਉਂਦਾ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੈ ਤਾਂ ਅਸੀਂ ਉਹਨਾਂ ਦੇ ਵਾਸਤੇ 24 ਆਵਰਸ ਤੱਪਰ ਹੈ ਜਿੱਥੇ ਵੀ ਕਿਸੇ ਨੂੰ ਲੋੜ ਆ ਹਾਜ਼ਰ। ਫਿਰ ਸਾਨੂੰ ਨੁਮਾਇੰਦੇ ਜਿਹੜੇ ਕਿ ਇੱਥੇ ਇਸ ਸਮੇਂ ਮੌਜੂਦ ਨੇ ਔਰ ਪਿੰਡੋ ਪਿੰਡੀ ਜਾ ਕੇ ਜਿਹੜਾ ਨੌਜਵਾਨਾਂ ਨੂੰ ਇੱਕ ਤੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੇ ਲਈ ਖੂਨ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਸਨ ਔਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪਿੰਡੋ ਪਿੰਡੀ ਜਿੱਥੇ ਵੀ ਕੋਈ ਸਮੱਸਿਆ ਕੋਈ ਖਾਣ ਪੀਣ ਦੀ ਜਾਂ ਕਿਸੇ ਵੀ ਵਸਤੂ ਦੀ ਆਉਂਦੀ ਹੈ ਸੋ ਇਹਨਾਂ ਵੱਲੋਂ ਬਿਲਕੁਲ ਦਿੱਤੀ ਜਾ ਰਹੀ ਹੈ। ਕੈਮਰਾਮੈਨ ਨਰਿੰਦਰ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਪ੍ਰਿੰਸ ਡੇਲ ਪੋਸਟ ਪੰਜਾਬੀ ਖਲਚੀਆਂ।